ਮੁੰਬਈ ਲੋਕਲ ਟ੍ਰੇਨ ਦੇ ਵਿੱਚ ਸਿੱਖ ਟੀਟੀ ਜਸਬੀਰ ਸਿੰਘ ਦੇ ਨਾਲ ਕੁੱਟਮਾਰ, ਬਿਨਾਂ ਟਿਕਟ ਤੋਂ ਸਫ਼ਰ ਕਰ ਰਹੇ ਕੁਝ ਲੋਕਾਂ ਨੇ ਕੁੱਟਿਆ। ਬਾਅਦ ਦੇ ਵਿੱਚ ਮੁਲਜ਼ਮ ਨੇ ਮੰਗੀ ਲਿਖਤੀ ਮੁਆਫ਼ੀ। SGPC ਤੇ ਅਕਾਲੀ ਦਲ ਨੇ ਘਟਨਾ ਦੀ ਕੀਤੀ ਨਿਖੇਧੀ। ਕੋਲਕਾਤਾ ਦਰਿੰਦਗੀ ਮਾਮਲੇ ਤੋਂ ਬਾਅਦ ਗ੍ਰਹਿ ਮੰਤਰਾਲਾ ਸਖ਼ਤ, ਸੂਬਿਆਂ ਨੂੰ ਹਰ 2 ਘੰਟੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਰਿਪੋਰਟ ਦੇਣ ਦੇ ਆਦੇਸ਼। ਫੈਕਸ, ਈਮੇਲ ਜਾਂ ਵਟਸਐਪ ਦੇ ਰਾਹੀਂ ਰਿਪੋਰਟ ਭੇਜਣ ਦੇ ਲਈ ਕਿਹਾ। ਯਮਾਨ ਅੱਜ ਪੈਰਿਸ ਓਲੰਪਿਕ ਦੇ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਕਰਨਗੇ ਸਨਮਾਨਿਤ। ਹਾਕੀ ਖਿਡਾਰੀਆਂ ਨੂੰ ਮਿਲੇਗੀ 1-1 ਕਰੋੜ ਦੀ ਇਨਾਮੀ ਰਾਸ਼ੀ, ਬਾਕੀ ਖਿਡਾਰੀਆਂ ਨੂੰ ਮਿਲਣਗੇ 15-15 ਲੱਖ ਰੁਪਏ। ਲੁਧਿਆਣਾ ਵਿੱਚ ਅੱਜ ਪੈਟਰੋਲ ਪੰਪ ਮੁਕੰਮਲ ਬੰਦ, ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਕਰਨਾ ਪੈ ਰਿਹਾ ਸਾਹਮਣਾ। ਪੈਟਰੋਲ ਪੰਪ ਡੀਲਰਸ ਦੀ ਕੇਂਦਰ ਤੋਂ ਕਮਿਸ਼ਨ ਦਬਾਉਣ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪੀਐਮ ਮੋਦੀ ਨੂੰ ਚਿੱਠੀ, ਡਾਕਟਰਾਂ ਦੀ ਸੁਰੱਖਿਆ ਲਈ ਕੇਂਦਰੀ ਕਾਨੂੰਨ ਬਣਾਉਣ ਦੀ ਕੀਤੀ ਮੰਗ, ਕਿਹਾ ਹਸਪਤਾਲਾਂ ਨੂੰ ਸੇਫ ਜ਼ੋਨ ਐਲਾਨਿਆ ਜਾ ਰਿਹਾ। ਤਹਿਸੀਲਦਾਰਾਂ ਦੇ ਹੜਤਾਲ ਤੇ ਜਾਣ ਤੋਂ ਪਹਿਲਾਂ ਮੰਤਰੀ ਜਿੰਪਾ ਦਾ ਵੱਡਾ ਬਿਆਨ, ਬੋਲੇ ਪਹਿਲਾਂ ਹੀ ਮੰਨੀਆਂ ਜਾ ਚੁੱਕੀਆਂ ਨੇ ਸਾਰੀਆਂ ਮੰਗਾਂ। ਤਹਿਸੀਲਦਾਰਾਂ ਨੇ ਕੱਲ੍ਹ ਤੋਂ ਅਣਮਿੱਥੇ ਸਮੇਂ ਦੇ ਲਈ ਹੜਤਾਲ ਤੇ ਜਾਣ ਦਾ ਕੀਤਾ ਐਲਾਨ। ਹਰਿਆਣਾ ਕੇਡਰ ਦੇ ਮਨਦੀਪ ਬਰਾੜ ਹੋਣਗੇ ਚੰਡੀਗੜ੍ਹ ਦੇ ਨਵੇਂ ਗ੍ਰਹਿ ਸਕੱਤਰ, ਕੇਂਦਰ ਨੇ ਡੈਪੂਟੇਸ਼ਨ ਦੇ ਲਈ ਦਿੱਤੀ ਮਨਜ਼ੂਰੀ। ਪਹਿਲਾਂ ਚੰਡੀਗੜ੍ਹ ਦੇ DC ਵੀ ਰਹਿ ਚੁੱਕੇ ਨੇ ਮਨਦੀਪ ਬਰਾੜ। ਅੰਮ੍ਰਿਤਸਰ ਦੇ ਵਿੱਚ ਇੱਕ ਸ਼ਖਸ ਦੀ ਪੁਲਿਸ ਦੇ ਨਾਲ ਬਹਿਸ, ਖੁਦ ਨੂੰ ਦੱਸ ਰਿਹਾ ਸੀ DSP ਨਾਗਰਾ ਦਾ ਗਨਮੈਨ, ਗੱਡੀ ਰੋਕੇ ਜਾਣ ਤੇ ਭੜਕਿਆ, ਗੱਡੀ ਤੇ ਲੱਗੀ ਜਾਲੀ ਉਤਾਰਨ ਨੂੰ ਲੈ ਕੇ ਹੋਇਆ ਵਿਵਾਦ। ਦਿਨੇਸ਼ ਫੋਗਾਟ ਨੇ ਸੰਨਿਆਸ ਵਾਪਸ ਲੈਣ ਦੇ ਦਿੱਤੇ ਸੰਕੇਤ, ਬੋਲੇ ਓਲੰਪਿਕ ਮੈਡਲ ਦਾ ਜ਼ਖਮ ਡੂੰਘਾ, ਫਿਲਹਾਲ ਕੁਸ਼ਤੀ ਛੱਡਣ ਤੇ ਕੁਝ ਨਹੀਂ ਕਹਿ ਸਕਦੇ, ਲੜਾਈ ਰਹੇਗੀ ਜਾਰੀ। ਮਸ਼ਹੂਰ ਪੰਜਾਬੀ ਗਾਇਕ ਸਾਥੀ ਕੇ ਨੂੰ ਪਿਆ ਦਿਲ ਦਾ ਦੌਰਾ, ਕੈਨੇਡਾ ਦੇ ਮਿਸਿਸਾਗਾ ਦੇ ਹਸਪਤਾਲ ਦੇ ਵਿੱਚ ਚੱਲ ਰਿਹਾ ਇਲਾਜ, ਫੈਨਸ ਦੇ ਵੱਲੋਂ ਸਲਾਮਤੀ ਦੇ ਲਈ ਦੁਆਵਾਂ। ਸਤਿ ਸ਼੍ਰੀ ਅਕਾਲ, 9 ਵਜੇ ਦੇ ਬੁਲੇਟਿਨ 'ਚ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਮੁੰਬਈ ਤੋਂ, ਜਿੱਥੇ ਕਿ ਸਿੱਖ ਟੀਟੀ ਜਸਬੀਰ ਸਿੰਘ ਦੇ ਨਾਲ ਕੁੱਟਮਾਰ ਹੋਈ ਹੈ ਤਾਂ ਮੁੰਬਈ ਦੀ ਲੋਕਲ ਟ੍ਰੇਨ ਦੇ ਵਿੱਚ ਇਹ ਕੁੱਟਮਾਰ ਕੀਤੀ ਗਈ ਹੈ। ਬਿਨਾਂ ਟਿਕਟ ਤੋਂ ਸਫ਼ਰ ਕਰ ਰਹੇ, ਦੱਸਦੀ ਕਿ ਕੁਝ ਲੋਕਾਂ ਨੇ ਇਹ ਕੁੱਟਮਾਰ ਕੀਤੀ ਹੈ ਔਰ ਇੱਕ ਯਾਤਰੀ ਅਤੇ ਟੀਟੀ ਜਸਬੀਰ ਸਿੰਘ ਨੇ ਜੁਰਮਾਨਾ ਲਗਾਇਆ ਸੀ ਤਾਂ ਜੁਰਮਾਨੇ ਤੋਂ ਪੜ ਕੇ ਸ਼ਖਸ ਦੇ ਸਾਥੀਆਂ ਦੇ ਨਾਲ, ਦੱਸਦੀ ਹੈ ਕਿ ਸ਼ਖਸ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕੁੱਟਮਾਰ ਕੀਤੀ ਹੈ ਔਰ ਇਸਦੀ ਵੀਡੀਓ ਵੀ ਸਾਹਮਣੇ ਆਈ ਹੈ। ਬਾਅਦ ਦੇ ਵਿੱਚ ਮੁਲਜ਼ਮ ਨੇ ਟੀਟੀ ਜਸਬੀਰ ਸਿੰਘ ਤੋਂ ਲਿਖਤੀ ਤੌਰ ਤੇ ਮਾਫ਼ੀ ਮੰਗੀ ਹੈ ਤਾਂ ਮਾਫ਼ੀ ਮੰਗਣ ਤੇ ਮੁਲਜ਼ਮ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ ਹੈ। SGPC ਤੇ ਅਕਾਲੀ ਦਲ ਨੇ ਘਟਨਾ ਦੀ ਨਿਖੇਧੀ ਕੀਤੀ ਹੈ ਔਰ ਦੋਸ਼ੀਆਂ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਨੂੰ ਕਿਹਾ ਗਿਆ ਹੈ। ਤਾਂ 2 ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਪਹਿਲੀ ਤਸਵੀਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਕੁੱਟਮਾਰ ਹੋਈ ਹੈ ਉਹ ਤਸਵੀਰਾਂ, ਬਾਅਦ ਦੇ ਵਿੱਚ ਲਿਖਤੀ ਤੌਰ ਤੇ ਇਹ ਮਾਫ਼ੀਨਾਮਾ ਹੈ ਜੋ ਲਿਖਿਆ ਗਿਆ ਇਹਨਾਂ ਮੁਲਜ਼ਮਾਂ ਦੇ ਵੱਲੋਂ ਔਰ ਮਾਫ਼ੀ ਮੰਗੀ ਗਈ ਹੈ। ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ ਹੈ ਸੁਖਬੀਰ ਬਾਦਲ ਨੇ। SGPC ਨੇ ਟਵੀਟ ਕੀਤਾ ਹੈ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਲਿਖਿਆ ਹੈ, ਮੁੰਬਈ ਦੀ ਲੋਕਲ ਟ੍ਰੇਨ ਦੇ ਵਿੱਚ ਡਿਊਟੀ ਦੇ ਦੌਰਾਨ ਸਿੱਖ ਟੀਟੀ ਜਸਬੀਰ ਸਿੰਘ ਨਾਲ ਹੋਈ ਕੁੱਟਮਾਰ ਦੀ ਨਿਖੇਧੀ ਕਰਦਾ ਹਾਂ। ਕੁਝ ਵਿਅਕਤੀਆਂ ਨੇ ਉਹਨਾਂ ਦੀ ਕੁੱਟਮਾਰ ਕੀਤੀ, ਭਾਵੇਂ ਰੇਲਵੇ ਪੁਲਿਸ ਨੇ ਮੁਲਜ਼ਮਾਂ ਨੂੰ ਮੌਕੇ ਤੇ ਹੀ ਫੜ ਲਿਆ, ਪਰ ਮਹਾਰਾਸ਼ਟਰ ਸਰਕਾਰ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਤੇ ਮੁਲਜ਼ਮਾਂ ਨੂੰ ਕਾਨੂੰਨ ਮੁਤਾਬਿਕ ਸਖ਼ਤ ਸਜ਼ਾ ਦਵਾਈ।
ਸੁਖਬੀਰ ਬਾਦਲ ਨੇ ਵੀ ਟਵੀਟ ਕੀਤਾ, ਉਹਨਾਂ ਨੇ ਲਿਖਿਆ ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ ਤੇ ਮੁੰਬਈ ਦੀ ਲੋਕਲ ਟ੍ਰੇਨ 'ਚ ਬਿਨਾਂ ਟਿਕਟ ਸਫ਼ਰ ਕਰ ਰਹੇ ਕੁਝ ਗੁੰਡਿਆਂ ਨੇ ਹਮਲਾ ਕਰ ਦਿੱਤਾ। ਉਹਨਾਂ ਨਾਲ ਮਾਰਕੁੱਟ ਕੀਤੀ ਗਈ। ਮੈਂ ਇਸ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹਾਂ। ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਇਹਨਾਂ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਟਵੀਟ ਕੀਤਾ, ਉਹਨਾਂ ਨੇ ਲਿਖਿਆ ਹੈ ਮੁੰਬਈ ਦੀ ਸਥਾਨਕ ਰੇਲ ਵਿੱਚ ਬਿਨਾਂ ਟਿਕਟ ਚਰਚ ਗੇਟ ਤੋਂ ਬਿਹਾਰ ਤੱਕ ਏਸੀ ਡੱਬੇ ਦੇ ਵਿੱਚ ਸਫ਼ਰ ਕਰਨ ਵਾਲੇ ਅਨਿਕੇਤ ਪੌਂਸਲੇ ਅਤੇ ਉਸਦੇ ਸਾਥੀਆਂ ਨੂੰ ਜੁਰਮਾਨਾ ਲਗਾਉਣ 'ਤੇ ਦਸਤਾਰਧਾਰੀ ਟੀਟੀ ਜਸਬੀਰ ਸਿੰਘ ਨਾਲ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੀ ਸਖ਼ਤ ਨਿਖੇਧੀ ਕਰਦਿਆਂ ਮੈਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਹੋਵੇ, ਤਾਂ ਇਹ ਮੰਗ ਉੱਠ ਰਹੀ ਹੈ। ਅੱਗੇ ਵਧਾਂਗੇ ਤਾਂ ਅੱਜ ਲੁਧਿਆਣਾ ਦੇ ਵਿੱਚ ਪੈਟਰੋਲ ਪੰਪ ਬੰਦ ਨੇ। ਪੂਰੇ ਸ਼ਹਿਰ ਦੇ 408 ਪੈਟਰੋਲ ਪੰਪ ਨੇ ਜਿਨ੍ਹਾਂ ਨੂੰ ਬੰਦ ਰੱਖਿਆ ਗਿਆ ਹੈ, ਔਰ ਪੈਟਰੋਲ ਪੰਪ ਐਸੋਸੀਏਸ਼ਨ ਦਾ ਇਹ ਵੱਡਾ ਐਲਾਨ ਹੈ। ਹਰ ਐਤਵਾਰ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਕਮਿਸ਼ਨ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਜਿਹੜੇ ਪੈਟਰੋਲ ਪੰਪ ਖੁੱਲ੍ਹੇ ਵੀ ਨੇ ਉਹਨਾਂ ਨੂੰ ਅਸੀਂ ਬੰਦ ਕਰਾ ਰਹੇ ਹਾਂ, ਕਿਉਂਕਿ ਸਾਡੀ ਮੰਗ ਜਿਹੜੀ ਹੈ ਪਹਿਲਾਂ ਤੋਂ ਹੀ ਸੀ, ਔਰ ਅਸੀਂ ਪਹਿਲਾਂ ਤੋਂ ਹੀ ਲੋਕਾਂ ਨੂੰ ਇਸ ਦੇ ਬਾਬਤ ਸੂਚਨਾ ਵੱਖ ਵੱਖ ਤਰੀਕਿਆਂ ਦੇ ਨਾਲ ਦੇ ਦਿੱਤੀ ਸੀ। ਤਾਂ ਲੋਕ ਅੱਜ ਕਾਫ਼ੀ ਖਜਲ ਖੁਆਰ ਹੋ ਰਹੇ ਨੇ। ਜ਼ਿਕਰ ਯੋਗ ਹੈ ਕਿ ਕੱਲ੍ਹ ਰੱਖੜੀ ਦਾ ਤਿਉਹਾਰ ਹੈ, ਔਰ ਉਸ ਤੋਂ ਪਹਿਲਾਂ ਇਸ ਤਰੀਕੇ ਦੇ ਨਾਲ ਪਰੇਸ਼ਾਨੀ ਹੋ ਰਹੀ ਹੈ। ਜਿਸ ਤਰੀਕੇ ਦੇ ਨਾਲ ਲੁਧਿਆਣਾ ਜਿਹੜੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਿਤ 408 ਪੈਟਰੋਲ ਪੰਪ ਨੇ ਉਹ ਬੰਦ ਰਹਿਣਗੇ, ਤਾਂ ਇਸ ਨੂੰ ਲੈ ਕੇ ਜਿਹੜੀ ਐਤਵਾਰ ਨੂੰ ਰੱਖੜੀ ਤੋਂ ਇੱਕ ਦਿਨ ਪਹਿਲਾਂ ਦੀ ਜਿਹੜੀ ਆ ਕੌਲ ਆ ਉਹ ਜ਼ਰੂਰ ਦਿੱਤੀ ਗਈ ਸੀ ਕਿ ਜਿਹੜੇ ਤਮਾਮ ਪੈਟਰੋਲ ਪੰਪ ਨੇ, ਕਿਉਂਕਿ ਕਮਿਸ਼ਨ ਜਿਹੜਾ ਉਹਨਾਂ ਦਾ ਨਹੀਂ ਵਧਾਇਆ ਗਿਆ ਜਿਸ ਨੂੰ ਲੈ ਕੇ ਉਹਨਾਂ ਨੇ ਐਲਾਨ ਕੀਤਾ ਸੀ, ਤਾਂ ਅਸੀਂ ਪੈਟਰੋਲ ਪੰਪ 'ਤੇ ਖੜ੍ਹੇ ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ 'ਤੇ। ਇਹ ਪੈਟਰੋਲ ਪੰਪ ਹੈਗਾ ਔਰ ਜਿੱਥੇ ਅਸੀਂ ਖੜ੍ਹੇ ਹਾਂ, ਔਰ ਦੇਖ ਸਕਦੇ ਹੋ ਕਿ ਬੈਰੀਕੇਡਸ ਜਿਹੜੇ ਹੈ ਲਗਾਏ ਹੋਏ ਨੇ, ਔਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਵੇਰੇ 6 ਵਜੇ ਤੋਂ ਹੀ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਨੇ ਉਹ ਵੱਖ ਵੱਖ ਪੈਟਰੋਲ ਪੰਪਾਂ 'ਤੇ ਜਾ ਰਹੇ ਨੇ, ਔਰ ਜਿਹੜੇ ਪੈਟਰੋਲ ਪੰਪ ਕੋਈ ਵੀ ਅਗਰ ਖੁੱਲ੍ਹਾ ਨਜ਼ਰ ਆਏਗਾ ਤਾਂ ਉਹਨਾਂ ਦੇ ਖਿਲਾਫ਼ ਜਿਹੜੀ ਕਾਰਵਾਈ ਦੀ ਗੱਲ ਜ਼ਰੂਰ ਕਹੀ ਗਈ ਹੈ। ਪਰ ਦੂਸਰੇ ਪਾਸੇ ਮਸ਼ੀਨਾਂ ਵੀ ਬੰਦ ਨੇ, ਪਰ ਲੋਕ ਵੀ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ, ਔਰ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਹਾਲੇ ਤੱਕ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਅੱਜ ਜਿਹੜੇ ਪੈਟਰੋਲ ਪੰਪ ਬੰਦ ਰਹਿਣਗੇ, ਕਿਉਂਕਿ ਕੱਲ੍ਹ ਰੱਖੜੀ ਦਾ ਤਿਉਹਾਰ ਹੈ, ਤਾਂ ਲੋਕਾਂ ਨੇ ਜਿਹੜਾ ਆਲੇ ਦੁਆਲੇ ਦੇ ਰਾਜਾਂ ਵਿੱਚ ਜਾਣਾ ਹੈ ਜਾਂ ਕਿਤੇ ਵੀ ਉਹਨਾਂ ਨੇ ਸਫ਼ਰ ਕਰਨਾ, ਤਾਂ ਅੱਜ ਉਹਨਾਂ ਦੇ ਵੱਲੋਂ ਜਿਹੜਾ ਤੇਲ ਜ਼ਰੂਰ ਭਰਵਾਇਆ ਜਾਣਾ ਸੀ। ਪਰ ਜਿਵੇਂ ਹੀ ਅੱਜ ਉਹਨਾਂ ਨੂੰ ਪਤਾ ਲੱਗਿਆ ਕਿ ਪੈਟਰੋਲ ਪੰਪ ਬੰਦ ਨੇ, ਤਾਂ ਲੋਕ ਇਸ ਗੱਲ ਨੂੰ ਲੈ ਕੇ ਸਫ਼ਰ ਜ਼ਰੂਰ ਕਰ ਰਹੇ ਨੇ, ਔਰ ਬਜ਼ੁਰਗ ਬਾਪੂ ਜੀ ਵੀ ਪਹੁੰਚੇ ਨੇ ਅੱਜ ਤੇਲ ਭਰਵਾਉਣ ਆਏ ਹੋ। ਇੱਦਾਂ ਕੀਤਾ ਵੀ ਤੁਸੀਂ ਆਪਣਾ ਤੇਲ ਪਵਾ ਲਓ ਕੰਮਾਂ ਕਾਰਾਂ ਵਾਲੇ ਕੋਲ, ਪਰੇਸ਼ਾਨੀ ਪੂਰੀ ਹੈ ਜੀ। ਅਟੈਂਡੈਂਸ ਕੱਟ ਦੇਣੀ ਉਹਨਾਂ ਨੇ, ਸੈਲਰੀ ਕੱਟ ਦੇਣਗੇ, ਉਹਦਾ ਕੀ ਫਾਇਦਾ ਜੇ ਹੁਣ ਲੇਟ ਚਲੇ ਕੰਮ, ਪੂਰੇ ਲੇਟ ਆ ਜੀ। ਮਗਰੋਂ ਵੀ ਸਾਰੇ ਪੰਪ ਬੰਦ ਆ, ਸਾਰੇ ਬੰਦ ਆ ਟੋਟਲ ਜਾਣ ਕੇ 2 ਦਿਨ ਇਹਨਾਂ ਨੂੰ ਭਾਜੀ ਪਹਿਲਾਂ ਜਾਣ ਕੇ ਦੱਸਣਾ ਚਾਹੀਦਾ ਵਾ। 2 ਦਿਨ ਪਹਿਲਾਂ ਇਹਨਾਂ ਨੇ ਇੱਕ ਪ੍ਰੈਸ ਅਨਾਊਂਸਮੈਂਟ ਕੀਤੀ ਸੀ, ਲੱਗਦਾ ਰੱਖਣੀ ਦੇ ਤਿਆਰ ਤੋਂ ਪਹਿਲਾਂ ਨਹੀਂ ਭਾਜੀ, ਉਹ ਇਹਨਾਂ ਨੇ ਕੱਲ੍ਹ ਹੀ ਜਾਣ ਕੇ ਆਪਣੇ ਨੈੱਟ ਦੇ ਵਿੱਚ ਪਾਈ ਸੀਗੀ, ਅਤੇ 2-3 ਦਿਨ ਪਹਿਲਾਂ ਦੱਸਿਆ ਉਹਦਾ ਚਲ ਬੰਦਾ ਉਹ ਜਿਹਾ ਹੱਲ ਕਰ ਲੈਂਦਾ। ਹੁਣ ਤੁਹਾਨੂੰ ਪਤਾ ਬੰਦੇ ਸਵੇਰੇ ਕੰਮਾਂ 'ਤੇ ਜਾਂਦੇ, ਸਾਹ ਬਣਾਉਂਦੇ ਆ, ਕਈ ਵਾਰ ਨਹੀਂ ਧਿਆਨ ਦਿੰਦਾ ਜੀ, ਤੁਹਾਨੂੰ ਪਤਾ ਜੀ। ਹੁਣ ਔਖਾ ਆਉਣ ਵਾਲੇ ਬੰਦੇ ਨਾ ਬਾਈ ਜੀ ਆਪਣੇ 15 ਕਿਲੋਮੀਟਰ ਤੋਂ ਆਇਆ, ਹੁਣ ਮੈਂ 15 ਕਿਲੋਮੀਟਰ ਤੋਂ ਆਇਆ ਭਾਜੀ, ਹੁਣ ਜੇ ਰਸਤੇ 'ਚ ਪ੍ਰੋਬਲਮ ਆਉਂਦੀ ਹੈ ਤਾਂ ਹੁਣ ਕਿਤੇ ਨੂੰ ਜਾਈਏ, ਰੋੜ ਕੇ ਲੈ ਕੇ ਜਾਣੇ ਪੈਣੇ ਆ ਜੀ। ਪੰਪ ਵਾਲੇ ਇਹ ਕਹਿੰਦੇ ਵੀ ਪੰਪ ਅੱਜ ਬੰਦ ਆ ਐਤਵਾਰ ਕਰਕੇ, ਸੰਡੇ ਕਰਕੇ। ਵੈਸੇ ਮੇਰਾ ਪਿੰਡ ਧਾਂਦਰਾ ਵਾ,
ਪਹਿਲਾਂ ਧਾਂਦਰੇ ਪਿੰਡ ਤੋਂ ਹੀ ਪਵਾਲਣਾ ਤੇਲ, ਦੁੱਗੀ ਧਾਂਦਰਾ ਪਿੰਡ ਆ, ਧਾਂਦਰੇ ਪਿੰਡ ਤੋਂ ਹੀ ਵੈਸੇ ਮੈਂ ਪਵਾਲਣਾ ਅੱਗੇ ਮੈਂ ਟੈਂਕੀ ਫੁੱਲ ਕਰਾਈ ਸੀ, ਇਸ ਕਰਕੇ ਵੀ ਇਹ ਪਤਾ ਤਾਂ ਮੈਨੂੰ ਸੀਗਾ ਵੀ ਕਹਿੰਦੇ ਬੰਦ ਕਰਨਾ ਇਹਨਾਂ ਨੇ, ਪਰ ਇਹ ਇਹਨਾਂ ਦੀ ਮਜਬੂਰੀ ਹੋਣ ਦੇ ਤਾਰ ਨੇ ਇਹਨਾਂ ਨੂੰ, ਮੈਂ ਇਹ ਕਹਿਣਾ ਚਾਹੁੰਦਾ ਵੀ ਪੰਪ ਵਾਲਿਆਂ ਨੂੰ ਵੀ ਪੰਪ ਖੁੱਲ੍ਹਣਾ ਚਾਹੀਦਾ, ਵੀ ਬੰਦ ਨਹੀਂ ਹੋਣਾ ਚਾਹੀਦਾ। ਅੱਗੇ ਵਧਾਂਗੇ, ਉੱਧਰ ਮਨਦੀਪ ਬਰਾੜ ਹੋਣਗੇ ਚੰਡੀਗੜ੍ਹ ਦੇ ਨਵੇਂ ਗ੍ਰਹਿ ਸਕੱਤਰ। ਕੇਂਦਰ ਨੇ ਡੈਪੂਟੇਸ਼ਨ ਦੇ ਲਈ ਮਨਜ਼ੂਰੀ ਦਿੱਤੀ ਹੈ ਔਰ 3 ਸਾਲ ਦੇ ਲਈ ਡੈਪੂਟੇਸ਼ਨ 'ਤੇ ਰਹਿਣਗੇ ਮਨਦੀਪ ਬਰਾੜ। ਤਾਂ ਹਰਿਆਣਾ ਖੇਜਰ ਦੇ ਅਧਿਕਾਰੀ ਨੇ ਮਨਦੀਪ ਬਰਾੜ, ਇਸ ਤੋਂ ਪਹਿਲਾਂ ਚੰਡੀਗੜ੍ਹ ਦੇ DC ਰਹੇ ਨੇ ਬਰਾੜ। ਹਰਿਆਣਾ ਨੇ 3 ਅਫਸਰਾਂ ਦਾ ਦੱਸਿਆ ਕਿ ਪੈਨਲ ਭੇਜਿਆ ਹੈ ਔਰ ਇਸ ਵੇਲੇ ਹਰਿਆਣਾ ਦੇ ਵਿੱਚ ਜਨਸੰਪਰਕ ਵਿਭਾਗ ਦੇ DG ਨੇ ਮਨਦੀਪ ਬਰਾੜ। ਤਾਂ ਕੁੱਲ ਮਿਲਾ ਕੇ ਹੁਣ ਇੱਕ ਨਵੀਂ ਔਰ ਵੱਡੀ ਜ਼ਿੰਮੇਵਾਰੀ ਦਿੱਤੀ ਗਈ। के प्रायोजक एरोट्रो होम्स नियर मोहाली एयरपोर्ट, कॉल 9207492074। इस न्यूज हेडलाइंस के प्रायोजक एरोट्रो होम्स नियर मोहाली एयरपोर्ट, कॉल 9207492074।